जीरो लाइन पर चल रहे हैं जी, तो वीर ने बड़ी औखी परमिशन मिली। तो इधर उधर अभी तो नेरा हो गया, इधर पाकिस्तानी आ जाते हैं इधर मिलने के लिए, कोई भी इधर से जे वाला जीरो पॉइंट है जे वाला। सारे प्यार भरी सत श्री अकाल। लो जी पुछ चले आप वाघा बॉर्डर से, तो मैं कुछ चीज़ें जो एंट्री पॉइंट नहीं दिखा सकता क्योंकि सिक्योरिटी रीजन है, तो बहुत सिक्योरिटी लगी हुई है। तो हम देखते गड्डी साड़ी कितने तक जाती है, ये देख रहे हम सामने आ रहे सीधी सड़क। आधार कार्ड है, आधार कार्ड हैगा दिखाते अगे अगे इतने आ गया इतना। ਕਿੱਦਾਂ ਕਹਿੰਦਾ ਜਾਣਾ, ਕਹਿੰਦੇ ਵੀਰ ਵੀਰੇ ਮਾਸਕ ਲੈ ਕੇ ਜਾਓ ਤਾਂ ਤੁਹਾਨੂੰ ਅੰਦਰ ਐਂਟਰੀ ਦੇਣੀ ਆ। ਮਾਸਕ ਆਪਣੇ ਭਾਈ ਘਰ ਤੋਂ ਲੈ ਕੇ ਜਾਓ, ਤੁਸੀਂ ਪੈਸੇ ਬਚਾਉਣੇ ਆ। ਨਾ ਬਾਈ ਇਹਨਾਂ ਕੋਲ ਆ ਕੇ ਮਾਸਕ ਲਿਓ ਯਾਰ, ਇਹਨਾਂ ਦਾ ਥੋੜ੍ਹੇ ਬਹੁਤ ਯਾਰ ਪੈਸੇ ਬਣ ਜਾਏ ਬਾਈਆਂ ਦੇ, ਠੀਕ ਨਹੀਂ ਬਾਈ? ਲੈ ਤਾਂ ਲੈ ਲੈ ਝੰਡਾ ਯਾਰ ਇੱਕ ਝੰਡਾ ਲੈ ਲਾ ਬਾਈਆਂ ਦੇ ਯਾਰ। ਰੁਮਾਲ ਤਾਂ ਬੰਨ ਕੇ ਲਿਆ, ਰੁਮਾਲ ਬੰਨ ਕੇ ਚੱਲ ਚੱਲ ਜੂ। ਹਾਂਜੀ ਹਾਂਜੀ ਬਾ ਠੀਕ ਹੈ ਫਿਰ, ਚਲੋ ਫਿਰ ਰੁਮਾਲ ਚੱਲ ਪੈਣੇ ਆਪਣੇ ਤਾਂ। ਰੁਮਾਲ ਚੱਲ ਜਾਣਾ। ਹਾਂ ਸ਼ੁਕਰੀਆ ਵੀਰੇ। ਲਓ ਜੀ ਆਹ ਬੱਸਾਂ ਜਿਹੜੀਆਂ ਉੱਥੇ ਖੜਦੇ, ਇਹ ਵੀ ਬੱਸਾਂ ਇੱਥੇ ਆਉਂਦੀਆਂ। ਤੇ ਜਿਹੜੀ ਆਹ ਇਧਰ ਆ ਵੀ ਆਈ ਪੀ ਪਾਰਕਿੰਗ ਆ, ਤੇ ਜਿਹੜੀ ਉਧਰ ਆ ਉਹ ਨਾਰਮਲ ਆ। ਹਾਂ ਇਧਰੋਂ ਕੰਨ ਫੜਨਾ ਜਿਹੜਾ 25 ਰੁਪਏ 25 ਪੈਸੇ ਵਾਲਾ ਉਧਰ ਬਲੌਕ ਸ਼ੁਰੂ ਹੋਣ ਲੱਗਿਆ। ਉਹ ਤੰਨੇ ਹਾਂ ਰੱਖਿਆ ਜਿਹੜਾ ਪੈਰਾ ਤਾਂ ਬੰਨਿਆ ਹੋਣਾ ਇਹਨੂੰ ਰੱਖਿਆ। ਹਾਂ ਜਾਣ ਨਹੀਂ ਦੇਣਾ ਅੰਦਰ, ਐਨਕ ਰੱਖਿਆ, ਐਨਕ ਉਹਨਾਂ ਦੇ ਬੱਚੇ ਰੱਖਿਆ ਡੱਬਾ ਡੁੱਬਾ ਜਾ ਗੱਡੀ 'ਚ, ਗੱਡੀ 'ਚ ਰੱਖਿਆ ਇਹ ਐਨਕ ਲਾ ਲਾ। ਹਾਂ ਬਾਈ ਕੋਈ ਵੀ ਫਾਲਤੂ ਸਮਾਨ ਨਹੀਂ ਨਾਲ, ਜੇ ਤੁਸੀਂ ਕੈਮਰਾ ਹਿਲਾ ਕੈਮਰੇ ਕੋਈ ਕਨਫਰਮ ਨਹੀਂ ਪਤਾ। ਹਾਂ ਕੋਈ ਕੋਈ ਐਕਸਟਰਾ ਕੋਈ ਚਾਰਜਰ ਉਹ ਵੀ ਨਹੀਂ ਲੈ ਕੇ ਜਾਣ ਦਿੰਦੇ ਹੈਗੇ ਅੰਦਰ। ਚਾਬੀ ਤਾਂ ਰੱਖ ਲਓ, ਚਾਬੀ ਤਾਂ ਕੋਈ ਨਹੀਂ ਹੈ, ਮੇਰਾ ਰੁਮਾਲ ਮੇਰਾ ਮਾਸਕ ਆ ਗਿਆ, ਠੀਕ ਆ ਬਾਈ ਚਲੋ ਵੀ ਚਲੋ। ਹੁਣ ਆਪਾਂ ਲੇਟ ਹੁੰਦੇ, 151 ਨੰਬਰ ਹੈ ਨਾ। ਆਓ ਜੀ ਇੱਧਰ ਨੂੰ ਐਂਟਰੀ ਹੈ ਜੀ, ਆਹ ਫਲੈਗ ਫਲੈਗ ਪਤਾ ਨਹੀਂ ਆਇਆ ਭਾਈ, ਤਾਂ ਇੱਧਰ ਨੂੰ ਐਂਟਰੀ ਜਾ ਰਹੇ ਹਾਂ ਜੀ। ਹੁਣ ਮੈਨੂੰ ਇਹ ਕੈਮਰੇ ਦਾ ਪਤਾ ਨਹੀਂ ਵੀ ਉੱਥੇ ਲਾਊਡ ਹੈ ਲੈ ਕੇ ਜਾਣਾ, ਪਤਾ ਨਹੀਂ ਨਹੀਂ ਇਹ, ਹੁਣ ਜਾ ਕੇ ਦੇਖਦੇ ਹਾਂ। ਜਦ ਫਿਰ ਦੁਆਰੇ ਆ ਕੇ ਮੁੜ ਕੇ ਗੱਡੀ 'ਚ ਰੱਖਣਾ ਪਵੇ ਜਾਂ ਫੋਨ ਨਾਲ ਬਲੌਗ ਬਣਾਉਣਾ ਪਵੇ, ਇਹ ਕੁਛ ਨਹੀਂ ਪਤਾ ਹੈਗਾ। ਅਤੇ ਬੱਲਾ 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 ਮੈਂ ਕਹਿੰਦਾ ਬਾਈ ਸਾਰੇ ਇੱਥੇ ਦੁਨੀਆ ਆਈ ਹੋਈ, ਬਹੁਤ ਦੁਨੀਆ ਮੁਲਕ ਪਹੁੰਚਿਆ ਹੋਇਆ ਯਾਰ। ਅਤੇ ਦੇਸ਼ ਭਗਤੀ ਵਾਲੇ ਗਾਣੇ ਚੱਲ ਪਏ ਨੇ, ਅਤੇ ਜਦੋਂ ਸਾਨੂੰ ਹੁਣ ਕਰੈਕਟ ਟਾਈਮ ਦਾ ਪਤਾ ਲੱਗਿਆ 4:30 ਸ਼ੁਰੂ ਹੋ ਜਾਂਦੇ ਸੀ, ਪੂਰੇ 4 ਵੱਜ ਗਏ। ਅਤੇ ਉੱਧਰ ਉੱਧਰ ਹੀ ਬਲੌਗ ਸ਼ੁਰੂ ਹੋਇਆ ਹੋਇਆ, ਤੰਨੇ ਦਾ ਬਲੌਗ ਜ਼ਰੂਰ ਦੇਖਿਓ, ਉੱਧਰ ਸ਼ਾਇਦ ਕੋਈ ਅਲੱਗ ਚੀਜ਼ ਦੇਖਣ ਨੂੰ ਮਿਲ ਜਾਵੇ। ਇਹ ਸਾਈਡ ਨੋਰਮਲ ਬੰਦਿਆਂ ਦੀ ਆ, ਅਤੇ ਇਹ ਸਾਈਡ ਜਿਹੜੇ VIP ਬੰਦੇ ਜਾ ਰਹੇ ਆ। ਅਤੇ ਇੱਧਰ ਇਹਨਾਂ ਨੇ ਕਰਿਆ ਹੋਇਆ ਦੇਖੋ, ਦੇਖੋ ਇੱਧਰਲੀ ਸਾਈਡ ਕਿੰਨੀਆਂ ਲਾਈਨਾਂ ਲੱਗੀਆਂ ਜਿਹੜੀਆਂ ਨੋਰਮਲ ਲੋਕਾਂ ਵਾਸਤੇ ਆ। ਵੀ ਕਹਿੰਦੇ ਨੇ VIP ਦਾ ਮਤਲਬ ਇਹ ਹੁੰਦਾ ਵੀ ਜਿਹੜੇ ਇੱਥੇ ਤੁਹਾਡਾ ਕੋਈ ਬੰਦਾ ਜਾਣ ਪਛਾਣ VSF ਵਾਲਾ ਹੋਵੇ ਨਾ, ਫਿਰ ਉਹ ਤੁਹਾਡਾ ਆਪਣਾ ਕਰਾ ਸਕਦਾ ਵੀ ਤੁਸੀਂ ਜਿਹੜੀ ਮੇਨ ਅੱਗੇ ਲਾਈਨ 'ਚ ਚਲੀ ਜਾਂਦੇ ਆ। ਹੁਣ ਤੁਹਾਡਾ 151 ਨੰਬਰ ਹੈ, ਅਤੇ ਇਹ ਸਾਡਾ ਜਿਹੜਾ ਨੋਰਮਲ ਬੰਦੇ ਜਾ ਰਹੇ ਆ, ਠੀਕ ਹੈ ਜੀ। ਅਤੇ ਇਹ ਸਾਡਾ ਸੀ VIP ਕਾਹਨੂੰ ਕਹਿੰਦਾ ਨੋਰਮਲ ਹੈ ਤਾਂ ਅਸੀਂ ਬੰਦੇ ਹੀ ਹਾਂ, ਪਰ ਸਾਡਾ ਇੱਕ ਬੰਦਾ ਇੱਥੇ VSF 'ਚ ਲੱਗਿਆ ਉਹ ਕਰਵਾ ਦਿੰਦਾ ਇੱਥੇ, ਫਿਰ ਤੁਹਾਡਾ ਵੀ ਹੋਵੇ VSF 'ਚ ਨਾ ਉਹ ਉੱਥੇ ਤੁਹਾਡਾ ਅਲੱਗ ਐਂਟਰੀ ਦਵਾ ਦਿੰਦਾ। ਸਾਡੀ ਗੱਡੀ ਵੈਸੇ ਇੱਥੇ ਆਉਣੀ ਦੀ ਹੈ ਨਾ। ਲਓ ਜੀ ਜਾ ਰਹੇ ਹਾਂ ਜੀ, ਜਿਹੜਾ ਸਾਡਾ ਸਾਨੂੰ ਮਿਲਣਾ ਬੰਦੇ ਸੁਰਿੰਦਰ ਪਾਲ ਸਲਿੰਦਰ ਸਿੰਘ ਨਾਮ ਬੰਦੇ ਦਾ ਅਸੀਂ ਲੱਭ ਰਹੇ ਹਾਂ, ਸਾਨੂੰ ਮਿਲ ਨਹੀਂ ਰਿਹਾ ਹੈਗਾ। ਵੀ ਆ ਲਓ ਵੀ ਸਾਹਮਣੇ ਜਾ ਰਹੇ ਜੀ ਅਸੀਂ, ਉਹ ਦੂਜੀ ਸਾਈਡ ਪਾਕਿਸਤਾਨ ਦਾ ਝੰਡਾ ਦਿਖਦਾ, ਅਤੇ ਮੈਂ ਦਿਖਾਉਂਦਾ ਜੂਮ ਕਰਕੇ, ਅੱਗੇ ਤਾਂ ਵੀ ਦਿਖਾਊਂਗਾ ਤੁਹਾਨੂੰ ਮੈਂ। ਹਾਂ ਝੰਡਾ ਤਾਂ ਪਾਕਿਸਤਾਨ ਸਾਡੇ ਵਾਲੇ ਇੱਧਰ ਆ ਹੈ ਉੱਚਾ ਜਹਾ, ਇਹਨਾਂ ਚੜ੍ਹਾਇਆ ਹੋਇਆ ਨਹੀਂ ਹੈ। ਅਤੇ ਇੱਧਰ ਸਾਡਾ ਜਵਾਨ ਖੜ੍ਹੇ ਆ, ਉਹ ਜਾ ਰਹੇ ਜੀ 151 ਨੰਬਰ, ਇੱਥੇ ਜਾ ਕੇ ਦੱਸਾਂਗੇ ਹੁਣ ਅਸੀਂ। ਮੈਨੂੰ ਪੰਜਾਬੀ ਲੱਗਦਾ ਬੰਦਾ ਆਪਣਾ 6 ਫੁੱਟ ਨਾ ਜਿਹੜਾ ਬੰਦਾ, ਉਹ ਸਰਦਾਰ ਬੰਦਾ ਲੱਗਦਾ ਮੈਨੂੰ ਤਾਂ ਸਾਹਮਣੇ ਵੀਰ। ਅਤੇ ਕੁਝ ਚੱਲੇ ਅਸੀਂ ਅੰਦਰ, ਚੱਲਦੇ ਇੱਧਰ 151 ਨੰਬਰ ਆ ਸਾਡਾ, ਪਾਕਿਸਤਾਨ ਦੁਆਰਾ ਸੰਯੁਕਤ ਰੂਪ ਵਿੱਚ ਰਾਸ਼ਟਰੀ ਵਜੋਂ ਕੁਝ ਸਮਾਂ ਉਤਾਰਨ ਦਾ ਸਮਾਂ ਆਯੋਜਿਤ ਕੀਤਾ ਜਾਂਦਾ ਹੈ। 1 ਦਸੰਬਰ 1965 ਕੋ ਸਥਾਪਨਾ ਦੇ ਬਾਅਦ ਸੇ ਆਜ ਤੱਕ ਇਸ
151 नंबर है, जसवीर सिंह 151 नंबर। Thank you.
ਜਦੋਂ ਅਸੀਂ ਜ਼ੀਰੋ ਲਾਈਨ ਦੇਖਣ ਚੱਲੇ ਆ ਪਰਮਿਸ਼ਨ ਲੱਤੀ ਆ ਬਾਈ ਨੂੰ ਦਿਖਾਤੀ ਜਿਹੜੀ ਸੀ ਪਰਮਿਸ਼ਨ ਲੱਤੀ ਸੀ ਤਾਂ ਜ਼ੀਰੋ ਲਾਈਨ ਪਰ ਜਾਣ ਦਿੰਦੇ ਆ ਸਾਡੇ ਕੋਲ ਪਰਮਿਸ਼ਨ ਜਿਹੜੀ ਮਿਲੀ ਹੋਈ ਆ ਤੇ ਦੇਖਦੇ ਭੇਜਦੇ ਜੇ ਚਲੋ ਦੇਖਦੇ ਆ ਜੇ ਭੇਜਦੇ ਅੱਗੇ ਮਾਸੀ ਆਜੋ ਭਾਈ ਆਜੋ ਜਲਦੀ ਉਹ ਕਹਿੰਦਾ ਵੀ ਜਲਦੀ ਜ਼ੀਰੋ ਲਾਈਨ ਦਿਖਾਣੇ ਜਾਣਾ ਹਮੇ ਤੋ ਜ਼ੀਰੋ ਲਾਈਨ ਪਰ ਚੱਲੇ ਆ ਜੀ ਤੇ ਵੀਰ ਨੇ ਬੜੀ ਔਖੀ ਪਰਮਿਸ਼ਨ ਮਿਲੀ ਮੈਂ ਕਿਹਾ ਵੀ ਯੂਟਿਊਬ ਵਾਸਤੇ ਵੀਡੀਓ ਬਣਾਉਣੀ ਸਾਫ ਵੀ ਤਾਂ ਅੰਧੇਰਾ ਮੈਂ ਬਣਾ ਹੈ ਨਾ ਹਾਂ ਠੀਕ ਹੈ ਠੀਕ ਹੈ ਉਸਕੇ ਸਾਥ ਉਹ ਜੋ ਜ਼ੀਰੋ ਲਾਈਨ ਇਧਰ ਘੁੰਮਣਾ ਹੋ ਨਾ ਪਹਿਲੇ ਆਓ ਉਸੇ ਟਾਈਮ ਘੁੰਮ ਲਓ ਇਧਰ ਫਿਰ ਉਧਰ ਜਾ ਕੇ ਬੈਠ ਜਾਓ ਅੱਛਾ ਠੀਕ ਹੈ ਜੇ ਤੋ ਹੈ ਫਿਰ ਚਲੋ ਅੱਗੇ ਸਾਹਮਣੇ ਪਤਾ ਨਹੀਂ ਤਾਂ ਇਸਕੇ ਬਾਰੇ ਮੈਂ ਇਹ ਹੋਤੀ ਹੈ ਤੇ ਸ਼ੁਕਰੀਆ ਭਾਈ ਆਪਕਾ ਬਹੁਤ ਬਹੁਤ ਦਿਲ ਸੇ ਸ਼ੁਕਰੀਆ ਭਾਈ ਨੇ ਬਹੁਤ ਹੈਲਪ ਕੀ ਹਮਾਰੀ ਕਿਉਂਕਿ ਜੋ ਹਮਾਰੇ ਸੀਨੀਅਰ ਦੇ ਸਾਹਮਣੇ ਹੈ ਤੋ ਉਨਸੇ ਪੁੱਛਣਾ ਜ਼ਰੂਰੀ ਹੈ ਹਮ ਨਹੀਂ ਛੋੜ ਸਕਤੇ ਨਾ ਜੀ ਤੋ ਹਮ ਅਭੀ ਪਹੁੰਚ ਚਲੇ ਹਾਂ ਜ਼ੀਰੋ ਲਾਈਨ ਇਧਰ ਸੇ ਨਾ ਉਧਰ ਪਾਕਿਸਤਾਨ ਇਧਰ ਇੰਡੀਆ जी इसके इधर पाकिस्तान ठीक है हम नो मैन्स लैंड पे हैं ना सर यहां से दिखाया ना पाकिस्तान वो इस साइड में जी जी इधर पाकिस्तान है इसके इसके इधर पाकिस्तान ठीक है कैसे भाई ठीक हो ठीक हूं भाई ठीक हूं ये वाला तो इधर उधर अभी तो अंधेरा हो गया इधर पाकिस्तानी आ जाते हैं इधर मिलने के लिए कोई भी इधर से ये वाला जीरो पॉइंट है ये वाला तो शुक्रिया भाई आपका बहुत बहुत शुक्रिया आप यूट्यूबर देख लेना अपनी वीडियो है आप ही यूट्यूबर देख लेना भाई जान माल वीडियो यूट्यूब चैनल है हमारा ठीक है भाई ओके भाई खुदा हाफिज हूँ थोड़ा म्यूजियम दिखाते हैं जी चल चल खोल तेने जल्दी 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 तो ये म्यूजियम है इधर तो चलते अगे दिखाते अगे जाके साढ़े जवान खड़े इधर इधर वर्दियाँ पाई हवले क्या घैंट चीज़ है इधर तो साढ़े वीडियो देखते हैं थोड़ी फैमिली सारे इधर ओके भरे शुक्रिया ओके जी बेबी जी अपना क्या नाम है जी का असनीत असनीत ठीक है ठीक है ठीक है जी मैं इतने सारे तो कुछ लिखा जो कुछ है जवान जो बैठे है बिल्कुल असली असली वर्गा लगता है नकली पर चलो भी चलिए हूँ वीर एम पी तो आए हुए हैं तो अपनी वीडियो देखते हैं आ भरा देखता वीडियो ये दोस्त एम पी तो आए हुए हैं ठीक है वीरे कि लगे इतने आ गए वधिया लग्या मन च जोश पिया थोड़ा जाके पूरा जोश पे है हाँ हाँ ओके वीरे लभ जू सारू नो मैन्स लैंड इधर इधर देखो इटली तो आई फैमिली बड़ा चंगा लगे सारे मिलके ਤੇ ਆਪਣੀਆਂ ਵੀਡੀਓ ਦੇਖਦੇ ਬੰਤ ਬਾਈ ਨਾਲ ਕਹਿੰਦੇ ਸ਼ਬਦ ਕੀਰਤਨ ਬਹੁਤ ਸੋਹਣਾ ਕਰਦਾ ਬੰਤ ਬਾਈ